ਕੱਲ ਮਿਤੀ 25/5 ਨੂੰ ਪਿੰਡ ਚੀਮੇ ਤੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕਿਸਾਨਾਂ ਨੇ ਉਹਨਾਂ ਦੀਆਂ ਮੋਟਰਾਂ 'ਤੇ ਜੋ ਚੋਰੀਆਂ ਹੁੰਦੀਆਂ ਨੇ ਆਏ ਦਿਨ ਸਕਾਟਰ ਅਤੇ ਹੋਰ ਇੰਸਟਰੂਮੈਂਟ ਚੋਰੀ ਹੁੰਦੇ ਆ, ਉਹਨਾਂ ਨੇ 3 ਨੌਜਵਾਨਾਂ ਨੂੰ ਘੇਰਿਆ ਹੋਇਆ, ਜਿਸ 'ਤੇ ਮੈਂ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਕੇ ਅਸੀਂ ਉਹਨਾਂ ਤਿੰਨਾਂ ਨੂੰ ਅਰੈਸਟ ਕਰਕੇ ਉਹਨਾਂ ਦੀ ਪੁੱਛਗਿੱਛ ਕੀਤੀ, ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਇਹ ਮੰਨਿਆ ਕਿ ਅਸੀਂ ਨੇੜੇ ਤੇੜੇ ਬਿਲਗਾ, ਨੂਰ ਮਹਿਲ, ਦਰਾਇਆ ਫਲੌਰ, ਸ਼ਾਹਕੋਟ, ਨਕੋਦਰ, ਲਾਂਬੜਾ ਅਤੇ ਜੰਡਿਆਲਾ ਏਰੀਏ ਦੇ ਵਿੱਚੋਂ ਕਿਸਾਨਾਂ ਦੀਆਂ ਮੋਟਰਾਂ ਤੋਂ ਕੋਈ 100 ਤੋਂ ਵੱਧ ਸਟਾਰਟਰ ਮੋਟਰਾਂ ਤਾਰਾਂ ਕੱਟ ਕੇ ਜੋ ਨੂਰ ਮਹਿਲ ਦੇ ਕਬਾੜੀਏ ਨੇ, ਜਿਨ੍ਹਾਂ ਦੇ ਵਿੱਚ ਇੱਕ ਕਬਾੜੀਆ ਹੈਗਾ ਜੀ ਦਿਨੇਸ਼ ਗੁਪਤਾ ਅਤੇ ਉਸਦੇ 2 ਅਸਿਸਟੈਂਟ ਨੇ, ਜਿਨ੍ਹਾਂ ਵਿੱਚ ਚਿਤਰੰਜਨ ਅਤੇ ਅਖਿਲੇਸ਼ ਗੁਪਤਾ ਅਤੇ ਇਸੇ ਤਰ੍ਹਾਂ ਬਿੱਟੂ ਕੁਵਾੜੀਆ ਵਾਸੀ ਨੂਰ ਮਹਿਲ ਅਤੇ ਪ੍ਰਿੰਸ ਢੀਂਗਰਾ ਜੋ ਜੰਡਿਆਲਾ ਦਾ ਰਹਿਣ ਵਾਲਾ ਆ, ਜੰਡਿਆਲਾ ਵਿਖੇ ਉਹਦਾ ਗਡਾਊਨ ਹੈ ਕੁਵਾੜੀਏ ਦਾ, ਜਿੱਥੋਂ ਅਸੀਂ ਤਿੰਨਾਂ ਦੇ ਗਡਾਊਨ ਨੂੰ ਸਰਚ ਕੀਤਾ। ਸਰਚ ਦੌਰਾਨ ਜਿੱਥੋਂ ਭਾਰੀ ਮਾਤਰਾ ਵਿੱਚ ਜਿਹੜੀਆਂ ਕਾਪਰ ਦੀਆਂ ਤਾਰਾਂ, ਹੋਰ ਕੇਬਲ ਤਾਰਾਂ, ਮੋਟਰਾਂ, ਸਟਾਰਟਰ ਅਤੇ ਹੋਰ ਲੋਹੇ ਦੀਆਂ ਕਾਫੀ ਭਾਰੀ ਮਾਤਰਾ ਵਿੱਚ ਰਿਕਵਰੀ ਹੋਈ ਹੈ, ਜਿਸ ਦੇ ਦੌਰਾਨ ਅਸੀਂ ਕੁੱਲ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੇ ਵਿੱਚ ਮੇਨ ਚੋਰ ਭੁਪਿੰਦਰ ਸਿੰਘ ਭਿੰਦਾ ਅਤੇ ਗੁਰਵਿੰਦਰ ਕੁਮਾਰ ਅਤੇ ਮਨੋਜ ਕੁਮਾਰ ਉਰਫ ਮੋਨੂ ਅਤੇ ਇਹਨਾਂ ਦੇ ਵਿੱਚ ਜਿਹੜੇ ਕਬਾੜੀਏ ਨੇ ਉਹ ਬਿੱਟੂ ਕਬਾੜੀਆ ਨੂਰ ਮਹਿਲ ਤਰਸੇਮ ਲਾਲ ਉਰਫ ਬਿੱਟੂ ਅਤੇ ਦਿਨੇਸ਼ ਗੁਪਤਾ, ਅਖਿਲੇਸ਼ ਗੁਪਤਾ ਅਤੇ ਚਿਤਰੰਜਨ, ਜੋ ਕੁੱਲ 8 ਵਿਅਕਤੀਆਂ ਦਾ ਗੈਂਗ ਹੈ, ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ, ਜਿਨ੍ਹਾਂ ਦੇ ਖਿਲਾਫ ਮੁਕਦਮਾ ਨੰਬਰ 40/25/5/23 ਅੰਡਰ ਸੈਕਸ਼ਨ 379(b)(411), 379(457) ਕੱਲ੍ਹ ਮਿਤੀ 25/5 ਨੂੰ ਪਿੰਡ ਚੀਮੇ ਤੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕਿਸਾਨਾਂ ਨੇ ਉਹਨਾਂ ਦੀਆਂ ਮੋਟਰਾਂ 'ਤੇ ਜੋ ਚੋਰੀਆਂ ਹੁੰਦੀਆਂ ਨੇ ਆਏ ਦਿਨ ਸਕਾਟਰ ਅਤੇ ਹੋਰ ਇੰਸਟਰੂਮੈਂਟ ਚੋਰੀ ਹੁੰਦੇ ਆ, ਉਹਨਾਂ ਨੇ 3 ਨੌਜਵਾਨਾਂ ਨੂੰ ਘੇਰਿਆ ਹੋਇਆ, ਜਿਸ 'ਤੇ ਮੈਂ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਕੇ ਅਸੀਂ ਉਹਨਾਂ ਤਿੰਨਾਂ ਨੂੰ ਅਰੈਸਟ ਕਰਕੇ ਉਹਨਾਂ ਦੀ ਪੁੱਛਗਿੱਛ ਕੀਤੀ, ਜਿਨ੍ਹਾਂ ਦੀ ਪੁੱਛਗਿੱਛ ਦੌਰਾਨ ਇਹ ਮੰਨਿਆ ਕਿ ਅਸੀਂ ਨੇੜੇ ਤੇੜੇ ਬਿਲਗਾ, ਨੂਰ ਮਹਿਲ, ਦਰਾਇਆ ਫਲੌਰ, ਸ਼ਾਹਕੋਟ, ਨਕੋਦਰ, ਲਾਂਬੜਾ ਅਤੇ ਜੰਡਿਆਲਾ ਏਰੀਏ ਦੇ ਵਿੱਚੋਂ ਕਿਸਾਨਾਂ ਦੀਆਂ ਮੋਟਰਾਂ ਤੋਂ ਕੋਈ 100 ਤੋਂ ਵੱਧ ਸਟਾਰਟਰ ਮੋਟਰਾਂ ਤਾਰਾਂ ਕੱਟ ਕੇ ਜੋ ਨੂਰ ਮਹਿਲ ਦੇ ਕਬਾੜੀਏ ਨੇ, ਜਿਨ੍ਹਾਂ ਦੇ ਵਿੱਚ ਇੱਕ ਕਬਾੜੀਆ ਹੈਗਾ ਜੀ ਦਿਨੇਸ਼ ਗੁਪਤਾ ਅਤੇ ਉਸਦੇ 2 ਅਸਿਸਟੈਂਟ ਨੇ, ਜਿਨ੍ਹਾਂ ਵਿੱਚ ਚਿਤਰੰਜਨ ਅਤੇ ਅਖਿਲੇਸ਼ ਗੁਪਤਾ ਅਤੇ ਇਸੇ ਤਰ੍ਹਾਂ ਬਿੱਟੂ ਕੁਵਾੜੀਆ ਵਾਸੀ ਨੂਰ ਮਹਿਲ ਅਤੇ ਪ੍ਰਿੰਸ ਢੀਂਗਰਾ ਜੋ ਜੰਡਿਆਲਾ ਦਾ ਰਹਿਣ ਵਾਲਾ ਆ, ਜੰਡਿਆਲਾ ਵਿਖੇ ਉਹਦਾ ਗਡਾਊਨ ਹੈ ਕੁਵਾੜੀਏ ਦਾ, ਜਿੱਥੋਂ ਅਸੀਂ ਤਿੰਨਾਂ ਦੇ ਗਡਾਊਨ ਨੂੰ ਸਰਚ ਕੀਤਾ। ਸਰਚ ਦੌਰਾਨ ਜਿੱਥੋਂ ਭਾਰੀ ਮਾਤਰਾ ਵਿੱਚ ਜਿਹੜੀਆਂ ਕਾਪਰ ਦੀਆਂ ਤਾਰਾਂ, ਹੋਰ ਕੇਬਲ ਤਾਰਾਂ, ਮੋਟਰਾਂ, ਸਟਾਰਟਰ ਅਤੇ ਹੋਰ ਲੋਹੇ ਦੀਆਂ ਕਾਫੀ ਭਾਰੀ ਮਾਤਰਾ ਵਿੱਚ ਰਿਕਵਰੀ ਹੋਈ ਹੈ, ਜਿਸ ਦੇ ਦੌਰਾਨ ਅਸੀਂ ਕੁੱਲ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੇ ਵਿੱਚ ਮੇਨ ਚੋਰ ਭੁਪਿੰਦਰ ਸਿੰਘ ਭਿੰਦਾ ਅਤੇ ਗੁਰਵਿੰਦਰ ਕੁਮਾਰ ਅਤੇ ਮਨੋਜ ਕੁਮਾਰ ਉਰਫ ਮੋਨੂ ਅਤੇ ਇਹਨਾਂ ਦੇ ਵਿੱਚ ਜਿਹੜੇ ਕਬਾੜੀਏ ਨੇ ਉਹ ਬਿੱਟੂ ਕਬਾੜੀਆ ਨੂਰ ਮਹਿਲ,
ਤਸੀਮ ਲਾਲ ਉਰ ਬਿੱਟੂ ਅਤੇ ਦਿਨੇਸ਼ ਗੁਪਤਾ, ਅਖਿਲੇਸ਼ ਗੁਪਤਾ ਅਤੇ ਚਿਤਰੰਜਨ, ਜੋ ਕੁੱਲ ਇਹ 8 ਵਿਅਕਤੀਆਂ ਦਾ ਗੈਂਗ ਹੈ, ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ, ਜਿਨ੍ਹਾਂ ਦੇ ਖਿਲਾਫ਼ ਮੁਕਦਮਾ ਨੰਬਰ 40/25/23 ਅੰਡਰ ਸੈਕਸ਼ਨ 370(b)(411), 379(457) ਆਈ ਪੀ ਸੀ।